ਕਾਂਗਰਸ ਦੇ ਸਭ ਤੋਂ ਜ਼ਿਆਦਾ ਪਛਾਣੇ ਅਤੇ ਮੰਨੇ ਪਰਮੰਨੇ ਆਗੂਆਂ ਦੇ ਵਿੱਚ ਮਾਝੇ ਦਾ ਚਿਹਰਾ ਅਸ਼ਵਨੀ ਸੇਖੜੀ। ਸਿਆਸਤ ਕਾਲਜ ਪੜ੍ਹਦਿਆਂ ਸ਼ੁਰੂ ਕੀਤੀ ਤੇ 1985 'ਚ ਪਹਿਲੀ ਵਾਰ ਵਿਧਾਨ ਸਭਾ ਹਲਕਾ ਬਟਾਲਾ ਤੋਂ ਕਾਂਗਰਸ ਦੀ ਟਿਕਟ ਤੇ ਜੇਤੂ ਰਹੇ। ਫਿਰ 2002 ਅਤੇ ਉਸ ਤੋਂ ਬਾਅਦ 2012 'ਚ ਬਟਾਲਾ ਦੇ ਵਿਧਾਇਕ ਬਣੇ। 2002 'ਚ ਸੇਖੜੀ ਸੈਰ ਸਪਾਟਾ ਵਿਭਾਗ ਦੇ ਰਾਜ ਮੰਤਰੀ ਸਨ। 2009 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਬਣੇ। 2017 ਵਿਧਾਨ ਸਭਾ ਦੇ ਲਈ ਹਲਕਾ ਬਟਾਲਾ ਤੋਂ ਇੱਕ ਵਾਰ ਫਿਰ ਚੋਣ ਮੈਦਾਨ 'ਚ ਨੇ। ਅਸ਼ਵਨੀ ਜੀ, ਸਾਰਾ ਦਿਨ ਕੰਪੇਨਿੰਗ ਤੇ ਤੁਸੀਂ ਰਹਿੰਦੇ, ਉਸ ਤੋਂ ਪਹਿਲਾਂ ਮੈਂ ਜਨਰਲ ਇੱਕ ਦੋ ਹੋਰ ਗੱਲਾਂ ਕਰਨੀਆਂ ਚਾਹੁੰਦੇ ਤੁਹਾਡੇ ਨਾਲ ਕਿ ਸਰ, ਕਿਸ ਤਰ੍ਹਾਂ ਤੁਹਾਡੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਅਤੇ ਕਿਸ ਤਰ੍ਹਾਂ ਤੁਸੀਂ ਕੰਪੇਨਿੰਗ ਤੇ ਜਾਣ ਲਈ ਆਪਣੇ ਦਿਨ? ਸਭ ਤੋਂ ਪਹਿਲਾਂ ਤੇ ਆਪਾਂ ਵਾਹਿਗੁਰੂ ਜੀ, ਈਸ਼ਵਰ ਦੀ ਫਿਰ ਮੰਨ ਰਹੇ ਹਾਂ, ਔਰ ਫਿਰ ਮੰਨ ਕੇ ਅਸੀਂ ਜਾਂਦੇ ਹਾਂ ਮੰਦਰ ਮੱਥਾ ਟੇਕੀਦਾ। ਫਿਰ ਉਸ ਤੋਂ ਬਾਅਦ ਡੋਰ ਟੂ ਡੋਰ ਹੈ, ਮੀਟਿੰਗ ਹੈ, ਲੋਕਾਂ ਨਾਲ ਮੁਲਾਕਾਤ ਹੈ, ਸਾਰਾ ਦਿਨ ਚੱਲਦਾ ਰਹਿੰਦਾ ਰਾਤ ਤੱਕ। ਅਤੇ ਇੰਨੇ ਇੰਨੇ ਬਿਜ਼ੀ ਸ਼ਡਿਊਲ ਦੇ ਵਿੱਚ ਖਾਣ ਪੀਣ ਦਾ ਕਿਸ ਤਰ੍ਹਾਂ ਦਾ ਸਿਲਸਿਲਾ? ਨਾਲੋ ਨਾਲ ਕਾਰ ਵੀ ਖਾ ਲੈਂਦੇ ਹਾਂ, ਲੰਚ ਵਗੈਰਾ ਲੈਂਦੇ ਹਾਂ, ਹੋਰ ਵਟਐਵਰ ਇਜ਼ ਅਵੇਲੇਬਲ ਨਾਲੋ ਨਾਲ ਚੱਲਦਾ ਰਹਿੰਦਾ। ਕੋਈ ਖਾਸ ਲੋਕਾਂ ਦੇ ਨਾਲ ਜਦੋਂ ਰਸ਼ ਕਿਉਂ ਰਹਿੰਦਾ, ਕੋਈ ਥਕਾਵਟ ਤਾਂ ਨਹੀਂ ਕਦੇ ਮਹਿਸੂਸ ਹੁੰਦੀ ਜਾਂ ਕਿਸ ਤਰ੍ਹਾਂ ਵਿਵੇਕ ਸ਼ਡਿਊਲ ਕਿਸ ਤਰ੍ਹਾਂ ਰਹਿੰਦਾ? ਉਸ ਤੋਂ ਬਾਅਦ ਥਕਾਵਟ ਲਾਉਂਦੀ, ਥਕਾਵਟ ਤਾਂ ਹੁੰਦਾ ਹੀ, ਉਹ ਕਾਰ 'ਚ ਸੋ ਜਾਂਦਾ। ਸੋ ਕਾਂਗਰਸ ਵੱਲੋਂ ਅਸ਼ਵਨੀ ਸੇਖੜੀ ਨੂੰ ਬਟਾਲੇ 'ਚ ਆਪਣੀ ਉਮੀਦਵਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਦੇ ਦਿਨ ਦੇ ਰੁਝੇਵੇਂ ਬਾਰੇ ਅਸੀਂ ਜਾਣਕਾਰੀ ਹਾਸਲ ਕਰ ਲਈ ਹੈ। ਉੱਥੇ ਹੀ ਉਹਨਾਂ ਦੇ ਕੁੱਖ ਤੋਂ ਵੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਰ ਉਹ ਰਸੋਈ 'ਚ ਐਸੀ ਕੀ ਕਲਾਕਾਰੀ ਕਰਦੇ ਨੇ ਜਿਹਦੇ ਜ਼ਰੀਏ ਅਸ਼ਵਨੀ ਸੇਖੜੀ ਆਪਣਾ ਸਾਰਾ ਦਿਨ ਊਰਜਾ ਨਾਲ ਭਰਪੂਰ ਕੱਢ ਸਕਣ। ਇਸ ਤਰ੍ਹਾਂ ਦਾ ਨਾਸ਼ਤਾ ਜਿਹੜਾ ਹੈ ਅਸ਼ਵਨੀ ਸੇਖੜੀ ਵੀ ਪਸੰਦ ਕਰਦੇ ਨੇ? ਇੱਥੇ ਖਾ ਕੇ ਜਾਂਦੇ, ਪੈਕ ਵੀ ਲੈ ਜਾਂਦੇ ਆ ਸਾਥ ਨਾਲ। ਸਰ, ਕਿਸ ਤਰ੍ਹਾਂ ਦਾ ਖਾਣਾ ਲੈਂਦੇ ਹੋ? ਸਿੰਪਲ ਹੀ ਲੈਂਦੇ ਸਰ, ਸਿੰਪਲ ਪਰੌਂਠੀ, ਦਾਲ ਕੀ ਰੋਟੀ, ਮਿੱਸੀ ਰੋਟੀ, ਪੈਟੀ। ਹਾਂਜੀ, ਖਾਸ ਫਰਮਾਇਸ਼ ਵੀ ਹੁੰਦੀ, ਕੋਈ ਖਾਸ ਉਹਨਾਂ ਦੀ ਪਸੰਦ ਦੀ ਚੀਜ਼ ਵੀ ਹੈ? ਨਹੀਂ ਸਰ, ਐਸਾ ਕੁਛ ਨਹੀਂ, ਫਰੂਟ ਵਗੈਰਾ ਲੈ ਲੈਂਦੇ ਹਾਂ ਸਾਥ। ਅਸ਼ਵਨੀ ਸੇਖੜੀ ਦਾ ਦਿਨ ਸ਼ੁਰੂ ਹੋ ਰਿਹਾ ਹੈ ਸਮਰਥਕਾਂ ਤੇ ਵਰਕਰਾਂ ਦੇ ਨਾਲ ਮਿਲਦਿਆਂ ਮਿਲਦਿਆਂ ਬਟਾਲਾ ਦੇ ਧਾਰਮਿਕ ਸਥਾਨ ਕਾਲੀ ਦੁਆਰਾ ਮੰਦਿਰ ਤੇ ਨਤਮਸਤਕ ਹੁੰਦਿਆਂ ਸਕੂਟਰ ਤੇ ਬੈਠ ਕੇ ਲੋਕਾਂ ਨੂੰ ਮਿਲਦੇ ਹੋਏ ਪੁੱਜ ਰਹੇ ਨੇ ਤੇ ਇਸ ਤੋਂ ਬਾਅਦ ਚੋਣ ਪ੍ਰਚਾਰ ਤੇ ਜਾਣ ਲਈ ਕਾਫਲੇ ਦੀ ਸ਼ੁਰੂਆਤ ਹੋਈ ਹੈ। ਸਿਲਸਿਲਾ ਵਿਧਾਨ ਸਭਾ ਹਲਕਾ ਬਟਾਲਾ ਦੇ ਬਾਜ਼ਾਰਾਂ 'ਚ ਦਰਵਾਜ਼ੇ ਤੋਂ ਦਰਵਾਜ਼ੇ ਤੇ ਫਿਰ ਲੜੀਵਾਰ ਬੈਠਕਾਂ ਪਿੰਡਾਂ ਦੇ ਅੰਦਰ। ਇਸੇ ਦੌਰਾਨ ਵੱਖ ਵੱਖ ਪਹਿਲੂਆਂ ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ। ਅਸ਼ਵਨੀ ਜੀ, ਸਭ ਤੋਂ ਪਹਿਲਾਂ ਤਾਂ ਮੈਂ ਪੁੱਛਣਾ ਚਾਹਾਂਗਾ ਤੂੰ ਆਪਣੇ ਪੋਲੀਟੀਕਲ ਕੈਰੀਅਰ ਬਾਰੇ ਕਦੋਂ ਸ਼ੁਰੂਆਤ ਕੀਤੀ ਹੈ? ਤੇ ਦੇਖੋ, ਮੈਂ ਅਸ਼ਵਨੀ ਜੀ 1981 'ਚ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਯੂਨੀਅਨ ਦਾ ਇਲੈਕਟਿਡ ਪ੍ਰੈਜ਼ੀਡੈਂਟ ਰਿਹਾ। ਉਸ ਤੋਂ ਬਾਅਦ 1985 'ਚ ਪਹਿਲੀ ਵਾਰ ਮੈਂ MLA ਬਣਿਆ। 32 ਸਾਲ ਹੋ ਗਏ, ਕਈ ਵਾਰ MLA ਬਣੇ, ਮਿਨਿਸਟਰ ਵੀ ਬਣੇ, ਚੇਅਰਮੈਨ ਵੀ ਬਣੇ ਅਤੇ ਪਿਛਲੇ ਵਿਧਾਨ ਸਭਾ 'ਚ ਵੀ ਮੈਂ ਜਿੱਤ ਕੇ ਆਇਆ ਔਰ 18,900 ਵੋਟ 'ਤੇ ਪਿਛਲੀ ਵਿਧਾਨ ਸਭਾ ਚੁਣਾਵ ਜਿੱਤਿਆ ਸੀ। ਕੀ ਅਚੀਵਮੈਂਟਸ ਵੱਡੀਆਂ ਰਹੀਆਂ ਨੇ ਤੁਹਾਡੀਆਂ ਬਟਾਲੇ ਵਾਸਤੇ? ਦੇਖੋ, ਬਟਾਲਾ 'ਚ ਅਸੀਂ ਇੱਥੇ ਮਾਤਾ ਸੁਲੱਖਣੀ ਜੀ, ਜਿਹੜੇ ਗੁਰੂ ਨਾਨਕ ਦੇਵ ਜੀ ਦੀ ਧਰਮ ਪਤਨੀ ਸੀ, ਉਹਨਾਂ ਦੇ ਨਾਂ 'ਤੇ ਮਾਤਾ ਸੁਲੱਖਣੀ ਸਿਵਲ ਹੋਸਪਿਟਲ ਬਣਵਾਇਆ। ਇਸੇ ਤਰ੍ਹਾਂ ਅਸੀਂ ਹਜ਼ੀਰਾ ਪਾਰਕ ਬਣਵਾਇਆ, ਰਾਜੀਵ ਗਾਂਧੀ ਸਟੇਡੀਅਮ ਬਣਵਾਇਆ, ਰੇਲਵੇ ਓਵਰ ਬ੍ਰਿਜ ਬਣਾਇਆ, ਇੱਥੇ ਟ੍ਰੇਨਾਂ ਜਿਹੜੀਆਂ 4 ਚੱਲਦੀਆਂ ਸੀ ਅੰਮ੍ਰਿਤਸਰ ਦੇ ਨਾਲ, 12 ਟ੍ਰੇਨਾਂ ਚਲਵਾ ਦਿੱਤੀਆਂ। ਬਟਾਲੇ ਸ਼ਹਿਰ ਦੇ ਵਿੱਚ ਜਿੰਨੇ ਇੰਜੀਨੀਅਰਿੰਗ ਕਾਲਜ, ਸਰਕਾਰੀ ਇੰਜੀਨੀਅਰਿੰਗ ਕਾਲਜ ਅਸੀਂ ਖੁਲਵਾ ਕੇ ਦਿੱਤਾ। ਇਹ ਸਾਰੇ ਪ੍ਰੋਗਰਾਮ ਜਿਹੜੇ ਨੇ, ਜਿੰਨਾ ਇੱਕ ਇੱਕ ਇੰਚ ਸੀਵਰ ਜਿਹੜਾ ਬਟਾਲੇ 'ਚ ਪਿਆ, ਜਿੰਨਾ ਵੀ ਉਹ ਆਪਾਂ ਪਵਾਇਆ ਹੈਗਾ, ਗਲੀਆਂ ਨਾਲੀਆਂ ਸੜਕਾਂ, ਓਵਰਆਲ ਡਿਵੈਲਪਮੈਂਟ ਦਾ ਜਿੰਨਾ ਵੀ ਕੰਮ ਹੋਇਆ ਇਹ ਮੇਰੀ ਮਿਹਨਤ ਕਰਕੇ ਹੀ ਹੋਇਆ। ਔਰ ਇੱਥੇ ਇੱਕ ਬਹੁਤ ਵੱਡਾ ਅਸੀਂ ਉਪਰਾਲਾ ਕੀਤਾ ਕਿ ਅਮੁਲ ਜਿਹੜੀ ਆ ਗੁਜਰਾਤ ਤੋਂ ਲੈ ਕੇ ਆਏ ਪੰਜਾਬ, ਬਟਾਲੇ ਦੇ ਆਸ ਪਾਸ 100 ਪਿੰਡਾਂ ਤੋਂ ਵੱਧ ਉੱਥੇ ਕੁਲੈਕਸ਼ਨ ਸੈਂਟਰ ਖੋਲ੍ਹੇ ਨੇ, ਜਿਨ੍ਹਾਂ 'ਚ ਅੱਜ ਕੱਲ੍ਹ 20,000 ਕਿਸਾਨ ਜਿਹੜੇ ਉਹਨਾਂ ਨੂੰ ਰੁਜ਼ਗਾਰ ਮਿਲਿਆ ਔਰ ਉਹਨਾਂ ਦੀ ਆਮਦਨ ਜਿਹੜੀ ਹੈ ਡਬਲ ਹੋ ਗਈ। ਹੋਰ ਕੀ ਐਕਸਪੈਕਟੇਸ਼ਨਸ ਲੱਗਦੀਆਂ ਤੁਹਾਨੂੰ ਲੋਕਾਂ 'ਚ ਜਦੋਂ ਤੁਸੀਂ ਵਿਚਰਦੇ ਹੋ, ਕੀ ਲੱਗਦਾ ਤੁਹਾਡੇ?
ਪੂਰੇ ਮੈਡੀਕਲ ਫੈਸਿਲਿਟੀਜ਼ ਦੀ ਬਹੁਤ ਸਖ਼ਤ ਜ਼ਰੂਰਤ ਹੈ ਕਿ ਬਟਾਲੇ ਦੇ ਆਸ ਪਾਸ ਜਿਹੜੇ ਕਸਬੇ ਔਰ ਪਿੰਡ ਨੇ ਔਰ ਸ਼ਹਿਰ, ਕੋਈ ਬੰਦਾ ਸੀਰੀਅਸਲੀ ਸਿੱਕ ਹੋ ਜਾਵੇ ਉਹਦਾ ਇਲਾਜ ਇੱਥੇ ਨਹੀਂ ਹੁੰਦਾ, ਕਹਿੰਦੇ ਜੀ ਅੰਮ੍ਰਿਤਸਰ ਲੈ ਜਾਓ। ਹਾਂਜੀ, ਸੁਪਰ ਸਪੈਸ਼ਲਿਟੀ ਅਰੇਂਜਮੈਂਟ ਇੱਥੇ ਫੈਸਿਲਿਟੀਜ਼ ਨਹੀਂ ਹੈ। ਇਸ ਵਾਰ ਅਸੀਂ ਫੈਸਲਾ ਕੀਤਾ ਕਿ ਬਟਾਲਾ 'ਚ ਅਸੀਂ ਸਰਕਾਰੀ ਮੈਡੀਕਲ ਕਾਲਜ ਲੈ ਕੇ ਆਈਏ ਤਾਂ ਕਿ ਇੱਥੇ ਸੁਪਰ ਸਪੈਸ਼ਲ ਡਾਕਟਰਸ ਹੋਣ ਔਰ ਲੋਕਾਂ ਦਾ ਇਲਾਜ ਇੱਥੇ ਹੋ ਸਕੇ। ਹਰ ਰੁੱਝੇ ਹੋਏ ਉਮੀਦਵਾਰ ਵਾਂਗ ਅਸ਼ਵਨੀ ਸੇਖੜੀ ਦਾ ਪਾਇਲਟ ਤੇ ਪੀਏ ਸਵੇਰ ਤੋਂ ਸ਼ਾਮ ਪੂਰਾ ਦਿਨ ਉਹਨਾਂ ਦੇ ਨਾਲ ਬਿਤਾਉਂਦੇ ਨੇ। ਪ੍ਰੋਗਰਾਮਾਂ ਦੇ ਲੇਖੇ ਜੋਖੇ ਦੇ ਨਾਲ ਇੱਥੇ ਡਰਾਈਵ ਕਰਨ ਦਾ ਕੰਮ ਵੀ ਇੱਕੋ ਸ਼ਖਸ ਵੱਲੋਂ ਸੰਭਾਲਿਆ ਜਾ ਰਿਹਾ। ਅਸ਼ਵਨੀ ਸੇਖੜੀ ਵੱਲੋਂ ਧਾਰਮਿਕ ਸਥਾਨ ਤੇ ਨਤਮਸਤਕ ਹੋਣ ਤੋਂ ਬਾਅਦ ਸਿਲਸਿਲਾ ਸ਼ੁਰੂ ਹੁੰਦਾ ਹੈ ਫਿਰ ਚੋਣ ਮੁਹਿੰਮ ਦੇ ਉੱਤੇ ਨਿਕਲਣ ਦਾ। ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਉਹਨਾਂ ਦੇ ਪਾਇਲਟ ਨਾਲ ਤੇ ਨਾਲ ਹੀ ਜਿਹੜਾ ਪੀਏ ਦਾ ਕੰਮ ਵੀ ਸੰਭਾਲ ਰਹੇ ਨੇ ਕਿ ਉਹਨਾਂ ਦਾ ਕਹਿਣਾ ਇੰਨਾ ਬਿਜ਼ੀ ਸ਼ਡਿਊਲ ਹੈ, ਕਿਸ ਤਰ੍ਹਾਂ ਤੁਸੀਂ ਮੈਨੇਜ ਕਰਦੇ ਹੋ? ਕੀ ਤੁਹਾਨੂੰ ਕਈ ਵਾਰੀ ਥਕਾਵਟ ਵੀ ਮਹਿਸੂਸ ਹੁੰਦੀ ਹੋਏਗੀ? ਇੱਕ ਪਾਸੇ ਲੋਕਾਂ ਦੇ ਫੋਨਸ ਵਗੈਰਾ ਆਉਂਦੇ ਹੋਣਗੇ, ਫੋਨ ਕਾਲਸ ਕਿੱਥੇ ਕਿੱਥੇ ਪ੍ਰੋਗਰਾਮਸ ਨੇ, ਨਾਲ ਤੁਸੀਂ ਗੱਡੀ ਵੀ ਡਰਾਈਵ ਕਰਨੀ ਹੈ, ਕੀ ਕਹਿਣਾ ਚਾਹੁੰਦੇ? ਦੇਖੋ ਜੀ, ਲੀਡਰ ਸਾਡੇ ਬਹੁਤ ਮਿਹਨਤੀ ਨੇ, ਜਦੋਂ ਉਹਨਾਂ ਨਾਲ ਚੱਲਦੇ ਪਏ ਹਾਂ ਤਾਂ ਫਿਰ ਸਾਨੂੰ ਆਪਣੇ ਆਪ ਉਤਸ਼ਾਹ ਮਿਲਦਾ ਪਿਆ ਵਾ ਕਿ ਜਿੰਨੀ ਕੁ ਉਹ ਮਿਹਨਤ ਕਰ ਰਹੇ ਆ ਕਿ ਆਪਾਂ ਸਮਝਦੇ ਹਾਂ ਕਿ ਬਹੁਤ ਹੀ ਜ਼ਿਆਦਾ ਮਿਹਨਤ ਕਰ ਰਹੇ ਨੇ, ਅਨਥਾ ਮਿਹਨਤ ਹੋ ਰਹੀ ਉਹਨਾਂ ਦੀ, ਅਤੇ ਉਹਨਾਂ ਨਾਲ ਵੇਖ ਕੇ ਸਾਨੂੰ ਜੋਸ਼ ਮਿਲਦਾ ਵਾ। ਸਾਨੂੰ ਮੁਸ਼ਕਲ ਤਾਂ ਆਉਂਦੀ ਹੈ, ਕਦੀ ਫੋਨ ਸੁਣ ਲਿਆ, ਕਦੀ ਪ੍ਰੋਗਰਾਮ ਦੇਖਣੇ, ਕਦੀ ਡਰਾਈਵਿੰਗ ਕਰਨੀ ਹੈ, ਪਰ ਇਹ ਹੈ ਕਿ ਆਪਾਂ ਮੈਨੇਜ ਕਰ ਰਹੇ ਹਾਂ। ਸੋ ਜਿੱਥੇ ਅਸ਼ਵਨੀ ਸੇਖੜੀ ਉਮੀਦਵਾਰ ਦੇ ਤੌਰ 'ਤੇ ਲੋਕਾਂ ਨਾਲ ਮਿਲਣ 'ਚ ਮਸਰੂਫ ਨੇ, ਉੱਥੇ ਅਸੀਂ ਲੋਕਾਂ ਨਾਲ ਮੁਲਾਕਾਤ ਕਰਦੇ ਹਾਂ ਇਹ ਜਾਣਨ ਵਾਸਤੇ ਕਿ ਆਖਰ ਉਹ ਇਲਾਕੇ ਦੇ ਵਿੱਚ ਕਿਹੋ ਜਿਹਾ ਲੀਡਰ ਚਾਹੁੰਦੇ ਨੇ। ਮੈਂ ਇਹ ਚਾਹੁੰਦਾ ਕਿ ਜਿਹੜੀ ਪੰਜਾਬ ਦੀ ਅਸੈਂਬਲੀ ਹੈ ਉਹਦੇ ਵਿੱਚ 117 ਨੁਮਾਇੰਦੇ ਜਾਂਦੇ ਆ, ਉਹਦੇ ਵਿੱਚ ਜਿਹੜਾ ਬਟਾਲੇ ਦਾ ਨੁਮਾਇੰਦਾ ਉਹ ਪੜ੍ਹਿਆ ਲਿਖਿਆ ਬਟਾਲੇ ਹਲਕੇ ਨੂੰ ਸਮਝਣ ਵਾਲਾ ਹੋਵੇ ਔਰ ਬਟਾਲੇ ਨੂੰ ਤਰੱਕੀਆਂ 'ਤੇ ਪਹੁੰਚਾਉਣ ਵਾਲਾ ਹੋਵੇ। ਐਜੂਕੇਸ਼ਨ ਪੱਖ ਤੋਂ, ਹੈਲਥ ਪੱਖ ਤੋਂ, ਇੰਡਸਟਰੀ ਤੋਂ ਬਹੁਤ ਕੰਮ ਨੇ ਜਿਹੜੇ ਪੈਂਡਿੰਗ ਪਏ ਆ। ਚੰਗਾ ਉਮੀਦਵਾਰ ਚਾਹੀਦਾ ਜਿਹੜਾ ਲੋਕਾਂ 'ਚ ਵਿਚਰੇ, ਲੋਕਾਂ ਦੀ ਗੱਲ ਸੁਣੇ, ਚੰਗੇ ਹਲਕੇ ਦੇ ਕੰਮ ਕਰੇ। ਪੜ੍ਹਿਆ ਲਿਖਿਆ ਹੋਣਾ ਚਾਹੀਦਾ, ਚੰਗਾ ਹੋਣਾ ਚਾਹੀਦਾ, ਜਿਹੜਾ ਗਰੀਬ ਦੀ ਸੁਣੇ, ਹਰ ਇੱਕ ਦੀ ਸੁਣੇ, ਵੱਡੇ ਨਿੱਕਾ ਵੱਡਾ ਵੇਖੇ, ਸਭ ਕੁਛ ਵੇਖੇ। ਅਸੀਂ ਤਾਂ ਜੀ ਬੇਨਤੀ ਇਹ ਕਰਦਾ ਵੀ ਵਧੀਆ ਤੋਂ ਵਧੀਆ ਲੀਡਰ ਹੋਣਾ ਚਾਹੀਦਾ, ਇਮਾਨਦਾਰ ਲੀਡਰ ਹੋਣਾ ਚਾਹੀਦਾ ਜਿਹੜਾ ਸਾਰਿਆਂ ਦੀ ਸੁਣੇ ਅਤੇ ਸਾਰਿਆਂ ਦੀ ਸੁਰੱਖਿਆ ਕਰੇ। ਨੇ ਵਿਧਾਨ ਸਭਾ ਹਲਕਾ ਬਟਾਲਾ ਦੇ ਉਹ ਲੋਕ ਜਿਨ੍ਹਾਂ ਦੀ ਮੰਗ ਹੈ ਕਿ ਅਜਿਹਾ ਉਮੀਦਵਾਰ ਜਿੱਤ ਕੇ ਉਹਨਾਂ ਦਾ ਵਿਧਾਨ ਸਭਾ ਜਾਵੇ ਜਿਹੜਾ ਉਹਨਾਂ ਦੇ ਹਲਕੇ ਦੀ ਸਾਰ ਲਵੇ, ਉਹਨਾਂ ਦੀ ਸੰਪੂਰਨ ਡਿਵੈਲਪਮੈਂਟ ਕਰਾਵੇ, ਉਹਨਾਂ ਦੇ ਬੱਚਿਆਂ ਵੱਲ ਧਿਆਨ ਰੱਖੇ ਅਤੇ ਨਾਲ ਹੀ ਜਿਹੜਾ ਸਰਵਪੱਖੀ ਵਿਕਾਸ ਕਰਨ ਵਾਲਾ ਇਮਾਨਦਾਰ ਅਤੇ ਪੜ੍ਹਿਆ ਲਿਖਿਆ ਇਨਸਾਨ ਹੋਵੇ ਉਸ ਨੂੰ ਆਪਣੇ ਉਮੀਦਵਾਰ ਵਜੋਂ ਵੇਖਦੇ ਨੇ। ਸਵੇਰ ਤੋਂ ਸ਼ਾਮ ਤੱਕ ਚੋਣ ਪ੍ਰਚਾਰ ਕਰਦਿਆਂ ਲੋਕਾਂ ਨਾਲ ਮਿਲਣ ਦਾ ਜੋਸ਼ੋ ਖਰੋਸ਼ ਤੇ ਸ਼ਾਇਦ ਸਵੇਰ ਤੋਂ ਕੁੱਕ ਦੀ ਕੀਤੀ ਹੋਈ ਮਿਹਨਤ ਦਾ ਸਾਥ ਹੈ, ਜੋ ਅਸ਼ਵਨੀ ਸੇਖੜੀ ਆਪਣੀ ਊਰਜਾ ਦੇ ਵਿੱਚ ਕੋਈ ਕਮੀ ਮਹਿਸੂਸ ਨਹੀਂ ਕਰ ਰਹੇ। ਉਧਰ ਇਲਾਕੇ ਦੇ ਲੋਕ ਵੀ ਹੁੰਮ ਹੁਮਾ ਕੇ ਉਹਨਾਂ ਦੀਆਂ ਤਕਰੀਰਾਂ ਸੁਣਨ ਲਈ ਪੁੱਜ ਰਹੇ ਨੇ। ਵਿਧਾਨ ਸਭਾ ਹਲਕਾ ਬਟਾਲਾ ਤੋਂ ਕਾਂਗਰਸ ਉਮੀਦਵਾਰ ਅਸ਼ਵਨੀ ਸੇਖੜੀ ਦਾ ਸਾਰਾ ਦਿਨ ਪਹਿਲਾਂ ਡੋਰ ਟੂ ਡੋਰ ਕੰਪੇਨ ਹੁੰਦੀ ਰਹੀ ਹੈ ਦਿਨ ਵੇਲੇ, ਤੇ ਫਿਰ ਦੇਰ ਸ਼ਾਮ ਤੱਕ ਜਿਹੜੀਆਂ ਮੀਟਿੰਗ ਦਾ ਸਿਲਸਿਲਾ ਚੱਲਦਾ ਰਿਹਾ। ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਦੇਰ ਸ਼ਾਮ ਨੂੰ ਮੀਟਿੰਗ ਜੋ ਕਿ ਸਤਕੋਹਾ ਪਿੰਡ ਜੋ ਵਿਧਾਨ ਸਭਾ ਹਲਕਾ ਬਟਾਲਾ ਦੇ ਵਿੱਚ ਪੈਂਦਾ ਹੈ ਉਸ ਦੇ ਵਿੱਚ ਜਿਹੜੀ ਚੱਲਦੀ ਪਈ ਰਹੀ ਹੈ। ਅਸ਼ਵਨੀ ਸੇਖੜੀ ਉੱਥੇ ਮੌਜੂਦ ਨੇ ਮੀਟਿੰਗ ਦੇ ਵਿੱਚ ਤੇ ਤਕਰੀਰਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਵਰਕਰਾਂ ਸਪੋਰਟਰਾਂ ਵੱਲੋਂ। ਫਿਲਹਾਲ ਬਟਾਲਾ ਦੇ ਕਾਂਗਰਸ ਉਮੀਦਵਾਰ ਅਸ਼ਵਨੀ ਸੇਖੜੀ ਦੇ ਚੋਣ ਪ੍ਰਚਾਰ ਮੁਹਿੰਮ ਦਾ ਅੱਜ ਦਾ ਪੜਾਅ ਇੱਥੇ ਹੀ ਰੁਕਦਾ ਹੈ, ਪਰ ਕੁਝ ਹੀ ਘੰਟਿਆਂ ਬਾਅਦ ਉਹਨਾਂ ਦਾ ਅਗਲਾ ਦਿਨ ਫੇਰ ਸ਼ੁਰੂ ਹੋ ਜਾਏਗਾ। ਇਹ ਸੀ ਅੱਜ ਦੀ ਸਾਡੀ ਇਹ ਖਾਸ ਪੇਸ਼ਕਸ਼ ਚੋਣ ਮੈਦਾਨ ਤੋਂ, ਵਿਧਾਨ ਸਭਾ ਹਲਕਾ ਬਟਾਲਾ ਤੋਂ ਕਾਂਗਰਸ ਉਮੀਦਵਾਰ ਅਸ਼ਵਨੀ ਸੇਖੜੀ ਦੇ ਨਾਲ ਉਹਨਾਂ ਦੀਆਂ ਚੋਣ ਸਰਗਰਮੀਆਂ ਜੋ ਸਾਰਾ ਦਿਨ ਚੱਲਦੀਆਂ ਰਹੀਆਂ ਨੇ, ਜੋ ਕਿ ਡੋਰ ਟੂ ਡੋਰ ਕੰਪੇਨ ਤੋਂ ਸਵੇਰੇ ਸ਼ੁਰੂ ਹੋਈਆਂ ਅਤੇ ਉਸ ਤੋਂ ਬਾਅਦ ਸ਼ਾਮ ਨੂੰ ਪਿੰਡਾਂ ਦੇ ਵਿੱਚ ਨੁੱਕਰ ਮੀਟਿੰਗਾਂ ਤੋਂ ਬਾਅਦ ਸਮਾਪਤ ਹੋਈਆਂ। ਹੁਣ ਤੁਹਾਨੂੰ ਅਸੀਂ ਮਿਲਾਂਗੇ ਨਵੇਂ ਹਲਕੇ 'ਚ ਨਵੇਂ ਉਮੀਦਵਾਰ ਦੇ ਨਾਲ, ਤਦ ਤੱਕ ਦੇ ਸਾਨੂੰ ਦਿਓ ਇਜਾਜ਼ਤ, ਧੰਨਵਾਦ।